ਭਾਰੀ ਮੀਂਹ ਕਾਰਨ ਘਰਾਂ ਵਿੱਚ ਆਈਆਂ ਤਰੇੜਾਂ, ਮੁਸੀਬਤ ਵਿੱਚ ਘਿਰੇ ਪਰਿਵਾਰ। ਬਰਸਾਤ ਭਾਵੇਂ ਰੁਕ ਚੁੱਕੀ ਹੈ ਪਰ ਇਸ ਕਾਰਨ ਲੋਕਾਂ ਨੂੰ ਆਈਆਂ ਮੁਸ਼ਕਿਲਾਂ ਅਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਮਾਮਲਾ ਗੁਰਾਇਆਂ ਦੇ ਪਿੰਡ ਦੁਸਾਂਝ ਕਲਾਂ ਦਾ ਹੈ, ਜਿੱਥੇ ਬੀਤੇ ਦਿਨੀ ਪਏ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ। ਆਲਮ ਇਹ ਹੈ ਕਿ ਇਹਨਾਂ ਕਾਰਨ ਲੋਕ ਆਪਣੇ ਹੀ ਘਰਾਂ ਵਿੱਚ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਹੇ। ਇਸ ਸੰਬੰਧ ਵਿੱਚ ਆਰਥਿਕ ਪੱਖੋਂ ਕਮਜ਼ੋਰ ਇਹਨਾਂ ਪਰਿਵਾਰਾਂ ਨੇ ਸੂਬਾ ਸਰਕਾਰ ਅਤੇ ਇਲਾਕੇ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਜਿਹੜੇ ਭਾਜੀ ਮੀਂਹ ਪਿਆ ਨਾ, ਉਹਦੇ ਕਰਕੇ ਇੰਨੀਆਂ ਤੇੜਾਂ ਆਈਆਂ ਵੀ ਉਹਦੇ ਕਰਕੇ ਸਾਰੇ ਚੋਣ ਲੱਗ ਗਏ। ਆਲੇ ਦੁਆਲੇ ਦੇ ਘਰ ਵੀ ਹੈ ਜਿਹੜੇ ਵੀ ਕੰਧਾਂ ਇੱਦਾਂ ਪਾਟ ਗਈਆਂ, ਉਹਦੇ ਕਰਕੇ ਸਾਡਾ ਵੀ ਸਾਰਾ ਮਕਾਨ ਐਨ ਖਰਾਬ ਹੋ ਗਿਆ। ਚੋਂਦਾ ਬਿਜਲੀ ਜ਼ਿਆਦਾ ਗੜਕੜੇ ਨਾਲ, ਜ਼ਿਆਦਾ ਮੀਂਹ ਪੈਣ ਨਾਲ ਨੁਕਸਾਨ ਤਾਂ ਬਹੁਤ ਹੋਇਆ। ਸਾਰੇ ਸਮਾਨ ਤਾਂ ਬਾਹਰ ਕੱਢਿਆ ਸੀਗਾ, ਹੁਣੇ ਥੋੜ੍ਹੇ ਦਿਨ ਹੋਏ ਅੰਦਰ ਰੱਖਿਆ, ਥੋੜ੍ਹਾ ਜਿਹਾ ਸੁੱਕਾ ਜਿਹਾ ਕਰਕੇ ਸਾਰਿਆਂ ਦਾ ਮਕਾਨ ਚੋਂਦੇ। ਇਸ ਕਰਕੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ? ਮੰਗ ਕਰਦੇ ਵੀ ਸਾਨੂੰ ਜੇ ਮਕਾਨਾਂ ਦਾ ਕਰ ਦੇਣ ਤਾਂ ਬਣਾ ਦੇਣ, ਤਾਂ ਬਹੁਤ ਹੈ ਸਾਡੇ ਲਈ। ਸਾਰੇ ਭਾਜੀ ਮੀਂਹ ਆਇਆ, ਸਾਰਾ ਚੋ ਗਿਆ, ਮੇਰੇ ਬਿਸਤਰੇ ਵੀ, ਸਾਰਾ ਸਮਾਨ ਮੇਰਾ ਸਾਰਾ ਖਰਾਬ ਹੋ ਗਿਆ, ਕਿਉਂਕਿ ਮੇਰਾ ਬੰਦਾ ਸਿਰ ਤੇ ਹੈ ਨੀਗਾ। ਇਸ ਕਰਕੇ ਮੇਰਾ ਥੋੜੀ ਬਹੁਤੀ ਮਦਦ ਕਰੋ ਘਰ ਨੂੰ ਸਵਾਰਨ ਵਾਸਤੇ, ਤੇ ਮੈਂ ਔਖੀ ਬਹੁਤ ਆ। ਮੇਰੇ ਦੋ ਬੱਚੇ ਆ, ਆਪਣੀ ਮਿਹਨਤ ਕਰਦੇ ਤੇ ਰੋਟੀ ਖਾਂਦੇ ਅਸੀਂ ਅਸੀਂ ਇਹੀ ਆ। ਅਸੀਂ ਸਾਡੀ ਮਦਦ ਕਰੋ ਗਰੀਬਾਂ ਦੀ ਵੀ, ਅਸੀਂ ਔਖੇ ਬਹੁਤ ਆ। ਦੇਖੋ ਸਾਡਾ ਘਰ ਦਾ ਹਾਲਤ ਬਹੁਤ ਖਰਾਬ ਹੋ ਗਈ ਆ, ਸਾਡਾ ਮਕਾਨ ਡਿੱਗਣ ਵਾਲਾ ਇੱਕ ਕਿਸਮ ਦਾ। ਇਹ ਨੀ ਪਤਾ ਵੀ ਕਦੋਂ ਇਹ ਇੱਦਾਂ ਹੋ ਜਾਵੇ। ਮੇਰੇ ਕੋਲ ਇੰਨੇ ਪੈਸੇ ਹੈ ਨੀਗੇ ਵੀ ਮੈਂ ਇਹਨੂੰ ਸੁਧਾਰ ਲਵਾਂ ਜਾਂ ਇਹਨੂੰ ਮੈਂ ਕਰ ਲਵਾਂ। ਮੇਰੇ ਬੱਚੇ ਹੈਗੇ, ਉਹ ਪੜ੍ਹਦੇ ਆ ਹਜੇ, ਇੱਕ ਮੇਰਾ ਬੱਚਾ ਦਿਹਾੜੀਆਂ ਕਰਦਾ ਦੁਕਾਨ ਤੇ। ਔਖਾ ਆ ਜੀ ਸਾਡਾ ਵੀ, ਇਹ ਦੇਖ ਲਓ ਤੁਸੀਂ ਕਿੱਦਾਂ ਕਰਨੀ ਆ। ਜੇ ਤਾਂ ਹੈਗਾ ਮਦਦ ਤਾਂ ਤੁਸੀਂ ਕਰ ਸਕਦੇ ਤਾਂ ਥੋੜੀ ਬਹੁਤੀ ਕਰ ਦਿਓ ਵੀ ਮੈਂ ਇਹਨੂੰ ਗਰੀਬਣੀਆਂ ਨੂੰ ਮਾੜਾ ਜਿਹਾ ਸਵਾਰ ਲਵਾਂ। ਮੇਰਾ ਬੰਦਾ ਹੈ ਨੀਗਾ, ਮੈਂ ਵਿਧਵਾ ਜਨਾਨੀ ਆ, ਤੇ ਇਹਨੂੰ ਤੁਸੀਂ ਮਾੜਾ ਜਿਹਾ ਕਿਰਪਾ ਤੁਹਾਡੀ ਜੇ ਤੁਸੀਂ ਮਦਦ ਕਰ ਦਵੋ ਤਾਂ। ਹਾਂਜੀ, ਜਿਹੜਾ ਮੀਂਹ ਆਇਆ ਸੀ ਨਾ ਹੁਣ ਦੋ ਤਿੰਨ ਦਿਨ ਹੋ ਗਏ, ਤੇ ਉਹਦੇ ਕਾਰਨ ਸਾਰਾ ਬਹਿ ਗਿਆ ਮਕਾਨ, ਸਾਰੀਆਂ ਕੰਧਾਂ ਟੁੱਟ ਗਈਆਂ, ਕੋਠੇ ਬਾਥਰੂਮ ਤਾਂ ਆਪਣਾ ਲੈਟਰਿੰਗ ਬਣਾਈ ਸੀ ਉਹ ਵੀ ਟੁੱਟ ਗਈ ਆ, ਉੱਪਰ ਕਮਰੇ ਦੇ ਵਿੱਚ ਬਾਲੇ ਬੁਲੇ ਸੀਗੇ ਪਾਏ ਉਹ ਵੀ ਟੁੱਟ ਗਏ, ਸਲੇਟਾਂ ਪਾਈਆਂ ਸੀਗੀਆਂ ਦੂਜੀਆਂ ਪੱਥਰ ਦੀਆਂ, ਸਾਰਾ ਮਕਾਨ ਦਾ ਨੁਕਸਾਨ ਹੋ ਗਿਆ ਭਾਜੀ। ਗਰੀਬ ਬੰਦੇ ਕੀ ਕਰੀਏ, ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਸਾਨੂੰ ਮਤਲਬ ਇਹ ਮਕਾਨ ਬਣਾ ਕੇ ਦਿੱਤਾ ਜਾਵੇ।